ਘਰ ਦੇ ਵਿੱਚ ਦਾਖਲ ਹੋ ਕੇ ਇੱਕ ਸ਼ਖਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਦੱਸਦੇ ਕਿ ਅਨਸਰਾਂ ਦੇ ਵੱਲੋਂ ਪਹਿਲਾਂ ਬੰਦਕ ਬਣਾਇਆ ਗਿਆ, ਹੱਥ ਪੈਰ ਬੰਨੇ ਗਏ, ਫਿਰ ਉਸ ਤੇ ਹਮਲਾ ਕੀਤਾ ਗਿਆ ਔਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਇਸ ਸ਼ਖਸ ਦੇ ਵੱਲੋਂ ਦਮ ਤੋੜ ਦਿੱਤਾ ਗਿਆ। ਦੱਸਦੇ ਕਿ ਇਸ ਬਜ਼ੁਰਗ ਦੇ ਬੱਚੇ ਵਿਦੇਸ਼ ਦੇ ਵਿੱਚ ਰਹਿੰਦੇ ਨੇ। ਘਰ ਦੇ ਵਿੱਚ ਇਕੱਲਾ ਹੀ 78 ਸਾਲ ਦਾ ਇਹ ਬਜ਼ੁਰਗ ਰਹਿੰਦਾ ਸੀ, ਜਿਸ ਦਾ ਕੁਝ ਅਨਸਰਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਸਾਹਮਣੇ ਆਇਆ। ਕਤਲ ਦੀ ਨੀਅਤ ਨਾਲ ਇਹ ਕਤਲ ਕੀਤਾ ਗਿਆ ਜਾਂ ਕੋਈ ਪੁਰਾਣੀ ਰੰਜਿਸ਼ ਤੇ ਚੱਲਦੀ, ਇਹ ਪਤਾ ਕਰਨ ਦੇ ਵਿੱਚ ਪੁਲਿਸ ਦੇ ਅਧਿਕਾਰੀ ਜੁਟੇ ਹੋਏ ਨੇ। ਫਿਲਹਾਲ ਨੇੜੇ ਦੇ ਸੀਸੀਟੀਵੀ ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਆਰੋਪੀਆਂ ਦੀ ਪਛਾਣ ਹੋ ਸਕੇ, ਪੈਰ ਨੱਪੀ ਜਾ ਸਕੇ। ਪਰ ਘਰ ਦੇ ਵਿੱਚ ਵੜ ਕੇ ਹੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਕ 78 ਸਾਲ ਦੇ ਬਜ਼ੁਰਗ ਨੂੰ ਹੱਥ ਪੈਰ ਬੰਨ ਕੇ ਮੌਤ ਦੇ ਘਾਟ ਉਤਾਰਿਆ ਗਿਆ ਔਰ ਇਸ ਬਜ਼ੁਰਗ ਦੇ ਬੱਚੇ ਨੇ ਜਿਹੜੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਔਰ ਘਰ ਦੇ ਵਿੱਚ ਇਹ ਇਕੱਲਾ ਹੀ ਰਹਿੰਦਾ ਸੀ। ਹੁਣ ਪੁਲਿਸ ਇਹ ਪਤਾ ਕਰ ਰਹੀ ਹੈ ਕਿ ਲੁੱਟ ਦੀ ਨੀਅਤ ਨਾਲ ਇਹ ਕਤਲ ਕੀਤਾ ਗਿਆ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ। ਦ ਪੁਲਿਸ ਪਾਰਟੀ ਰੀਚ ਦ ਸਪੋਟ ਅਤੇ ਉੱਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ, ਪ੍ਰਾਈਮ ਆਫ ਏਸੀ ਉਹ ਮਰਡਰ ਹੋ ਗਿਆ। ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ ਅਤੇ ਦੇਖਦੇ ਹਾਂ ਜੀ ਇਹ 'ਚ ਬਹੁਤ ਛੇਤੀ ਕਰ ਲਾਂਗੇ। ਦੇਖੋ ਜੀ ਹਲੇ ਤਾਂ ਬਹੁਤ ਪ੍ਰਾਇਮਰੀ ਇੱਕ ਇਨਵੈਸਟੀਗੇਸ਼ਨ ਹੈ, ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਆਲਸੋ ਜਸਟ ਅਰਾਈਵਡ। ਸੋ ਜੋ ਵੀ ਲੀਡਸ ਆਊਗੀ ਵੀ ਆਰ ਵਰਕਿੰਗ ਔਨ ਆਲ ਦ ਐਂਗਲਸ, ਵੀ ਆਰ ਵਰਕਿੰਗ ਔਨ ਆਲ ਦ ਐਂਗਲਸ ਜੀ ਔਰ ਜੋ ਵੀ ਹੋਗਾ ਜੋ ਵੀ ਬੰਦਾ ਹੋਗਾ ਆਪਾਂ ਫੜ ਲਾਂਗੇ। ਦੋ ਪਾਸਿਓਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ, ਇੱਧਰੋਂ ਵੀ ਬਾਰੀ ਟੁੱਟੀ ਹੈ, ਦੂਸਰੇ ਪਾਸੋਂ ਵੀ ਕਹਿੰਦੇ ਵੀ ਦੋ ਜਣੇ ਆਏ ਸੀ ਜਿਹੜੇ ਇਲਾਕਾ ਨਿਵਾਸੀ ਕਹਿ ਰਹੇ ਨੇ ਕੀ ਦੋ। ਦੇਖੋ ਪ੍ਰਾਈਮ ਆਫ ਏਸੀ ਫੋਰਸਡ ਐਂਟਰੀ ਲੱਗਦੀ ਪਈ ਹੈ ਬਟ ਬਾਕੀ ਤੋਂ ਸਾਰਾ ਕੁਛ ਡਿਟੇਲਸ, ਹਰ ਇੱਕ ਕੇਸ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ। ਸੋ ਆਪਾਂ ਹਲੇ ਹਰ ਇੱਕ ਲੀਡ 'ਤੇ ਵਰਕ ਕਰਦੇ ਪਏ, ਜੋ ਵੀ ਹੁੰਦਾ ਆਪਾਂ ਸ਼ੇਅਰ ਕਰਾਂਗੇ। 78 ਈਅਰਸ ਇਹਨਾਂ ਦੀ ਉਮਰ ਹੈਗੀ, ਇਹਨਾਂ ਦੇ ਬੱਚੇ ਬਾਹਰ ਰਹਿੰਦੇ ਆ ਜੀ, ਇੱਥੇ ਇਕੱਲੇ ਰਹਿੰਦੇ ਸੀ। ਮੈਡਮ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਪੁਲਿਸ ਵੱਲੋਂ ਜੀ ਇਹੀ ਹੈ ਕਿ ਆਪਾਂ ਕੇਸ ਟਰੇਸ ਕਰਾਂਗੇ, ਜਿਹੜੇ ਬੰਦਾ ਹੈ ਇਹਦੇ ਜੋ ਵੀ ਦੋਸ਼ੀ ਆ ਉਹਨੂੰ ਫੜ ਕੇ ਅੰਦਰ ਦੇਵਾਂਗੇ। ਪਤਾ ਲੱਗ ਪਿਆ ਕਿੰਨੇ ਨੌਜਵਾਨ ਜਿਹੜੇ ਅੰਦਰ ਹੋਏ ਸੀਗੇ ਕੁਝ? ਐਜ਼ ਆਈ ਸੈਡ ਕਿ ਬਿਲਕੁਲ ਇੱਕ ਪ੍ਰੀਲਿਮਿਨਰੀ ਇਨਫੋਰਮੇਸ਼ਨ ਹੈ, ਅਭੀ ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਆਪਾਂ ਕਰਦੇ ਪਏ। ਥੋੜਾ ਇਹਨਾਂ ਕੀ ਸਾਹਮਣੇ ਆ ਕਿ ਰੰਜੀਸ਼ ਹੈ ਜਾਂ ਫਿਰ ਲੁੱਟ ਦਾ ਇਰਾਦਾ, ਥੋੜਾ ਬਹੁਤ ਕੀ ਹੁੰਦਾ? ਦੇਖੋ ਪ੍ਰਾਇਮਰੀਲੀ ਇਹੀ ਪਤਾ ਲੱਗਦਾ ਪਿਆ ਕਿ ਫੋਰਸਡ ਐਂਟਰੀ ਹੈ, ਬੰਦੇ ਇੱਕ ਜਾਂ ਦੋ ਵੀ ਹੋ ਸਕਦੇ ਨੇ ਔਰ ਬਾਕੀ ਜੋ ਵੀ ਇਨਫੋਰਮੇਸ਼ਨ ਆਉਂਦੀ ਆਪਾਂ ਦੱਸਾਂਗੇ। ਘਰ ਦੇ ਵਿੱਚ ਦਾਖਲ ਹੋ ਕੇ ਇੱਕ ਸ਼ਖਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਦੱਸਦੇ ਕਿ ਅਨਸਰਾਂ ਦੇ ਵੱਲੋਂ ਪਹਿਲਾਂ ਬੰਦਕ ਬਣਾਇਆ ਗਿਆ, ਹੱਥ ਪੈਰ ਬੰਨੇ ਗਏ, ਫਿਰ ਉਸ ਤੇ ਹਮਲਾ ਕੀਤਾ ਗਿਆ ਔਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਇਸ ਸ਼ਖਸ ਦੇ ਵੱਲੋਂ ਦਮ ਤੋੜ ਦਿੱਤਾ ਗਿਆ। ਦੱਸਦੇ ਕਿ ਇਸ ਬਜ਼ੁਰਗ ਦੇ ਬੱਚੇ ਵਿਦੇਸ਼ ਦੇ ਵਿੱਚ ਰਹਿੰਦੇ ਨੇ। ਘਰ ਦੇ ਵਿੱਚ ਇਕੱਲਾ ਹੀ 78 ਸਾਲ ਦਾ ਇਹ ਬਜ਼ੁਰਗ ਰਹਿੰਦਾ ਸੀ, ਜਿਸ ਦਾ ਕੁਝ ਅਨਸਰਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਸਾਹਮਣੇ ਆਇਆ। ਕਤਲ ਦੀ ਨੀਅਤ ਨਾਲ ਇਹ ਕਤਲ ਕੀਤਾ ਗਿਆ ਜਾਂ ਕੋਈ ਪੁਰਾਣੀ ਰੰਜਿਸ਼ ਤੇ ਚੱਲਦੀ, ਇਹ ਪਤਾ ਕਰਨ ਦੇ ਵਿੱਚ ਪੁਲਿਸ ਦੇ ਅਧਿਕਾਰੀ ਜੁਟੇ ਹੋਏ ਨੇ। ਫਿਲਹਾਲ ਨੇੜੇ ਦੇ ਸੀਸੀਟੀਵੀ ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਆਰੋਪੀਆਂ ਦੀ ਪਛਾਣ ਹੋ ਸਕੇ, ਪੈਰ ਨੱਪੀ ਜਾ ਸਕੇ। ਪਰ ਘਰ ਦੇ ਵਿੱਚ ਵੜ ਕੇ ਹੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਕ 78 ਸਾਲ ਦੇ ਬਜ਼ੁਰਗ ਨੂੰ ਹੱਥ ਪੈਰ ਬੰਨ ਕੇ ਮੌਤ ਦੇ ਘਾਟ ਉਤਾਰਿਆ ਗਿਆ ਔਰ ਇਸ ਬਜ਼ੁਰਗ ਦੇ ਬੱਚੇ ਨੇ ਜਿਹੜੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਔਰ ਘਰ ਦੇ ਵਿੱਚ ਇਹ ਇਕੱਲਾ ਹੀ ਰਹਿੰਦਾ ਸੀ। ਹੁਣ ਪੁਲਿਸ ਇਹ ਪਤਾ ਕਰ ਰਹੀ ਹੈ ਕਿ ਲੁੱਟ ਦੀ ਨੀਅਤ ਨਾਲ ਇਹ ਕਤਲ ਕੀਤਾ ਗਿਆ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ।
ਦ ਪੁਲਿਸ ਪਾਰਟੀ ਰੀਚ ਦ ਸਪੋਟ ਅਤੇ ਉੱਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਈਮਾ ਫੇਸੀ, ਉਹ ਮਰਡਰ ਹੋ ਗਿਆ। ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ ਅਤੇ ਦੇਖਦੇ ਹਾਂ ਜੀ ਇਹ 'ਚ ਬਹੁਤ ਛੇਤੀ ਕਰ ਲਾਂਗੇ। ਦੇਖੋ ਜੀ ਹਲੇ ਤਾਂ ਬਹੁਤ ਪ੍ਰਾਇਮਰੀ ਇੱਕ ਇਨਵੈਸਟੀਗੇਸ਼ਨ ਹੈ, ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਆਲਸੋ ਜਸਟ ਅਰਾਈਵਡ। ਸੋ ਜੋ ਵੀ ਲੀਡਸ ਆਊਗੀ ਵੀ ਆਰ ਵਰਕਿੰਗ ਔਨ ਆਲ ਦ ਐਂਗਲਸ, ਵੀ ਆਰ ਵਰਕਿੰਗ ਔਨ ਆਲ ਦ ਐਂਗਲਸ ਜੀ, ਔਰ ਜੋ ਵੀ ਹੋਗਾ ਜੋ ਵੀ ਬੰਦਾ ਹੋਗਾ ਆਪਾਂ ਫੜ ਲਾਂਗੇ। ਦੋ ਪਾਸਿਓਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ, ਇੱਧਰੋਂ ਵੀ ਬਾਰੀ ਟੁੱਟੀ ਹੈ, ਦੂਸਰੇ ਪਾਸੋਂ ਵੀ ਕਹਿੰਦੇ ਵੀ ਦੋ ਜਣੇ ਆਏ ਸੀ ਜਿਹੜੇ ਇਲਾਕਾ ਨਿਵਾਸੀ ਕਹਿ ਰਹੇ ਨੇ ਕੀ ਦੋ। ਦੇਖੋ ਪ੍ਰਾਈਮਾ ਫੇਸੀ ਫੋਰਸਡ ਐਂਟਰੀ ਲੱਗਦੀ ਪਈ ਹੈ, ਬਟ ਬਾਕੀ ਤੋਂ ਸਾਰਾ ਕੁਛ ਡਿਟੇਲਸ, ਹਰ ਇੱਕ ਕੇਸ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ। ਸੋ ਆਪਾਂ ਹਲੇ ਹਰ ਇੱਕ ਲੀਡ 'ਤੇ ਵਰਕ ਕਰਦੇ ਪਏ, ਜੋ ਵੀ ਹੁੰਦਾ ਆਪਾਂ ਸ਼ੇਅਰ ਕਰਾਂਗੇ। 78 ਈਅਰਸ ਇਹਨਾਂ ਦੀ ਉਮਰ ਹੈਗੀ, ਇਹਨਾਂ ਦੇ ਬੱਚੇ ਬਾਹਰ ਰਹਿੰਦੇ ਆ ਜੀ, ਇੱਥੇ ਇਕੱਲੇ ਰਹਿੰਦੇ ਸੀ। ਮੈਡਮ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਪੁਲਿਸ ਵੱਲੋਂ ਜੀ ਇਹੀ ਹੈ ਕਿ ਆਪਾਂ ਕੇਸ ਟਰੇਸ ਕਰਾਂਗੇ, ਜਿਹੜੇ ਬੰਦਾ ਹੈ ਇਹਦੇ ਜੋ ਵੀ ਦੋਸ਼ੀ ਆ ਉਹਨੂੰ ਫੜ ਕੇ ਅੰਦਰ ਦੇਵਾਂਗੇ। ਪਤਾ ਲੱਗ ਪਿਆ ਕਿੰਨੇ ਨੌਜਵਾਨ ਜਿਹੜੇ ਅੰਦਰ ਹੋਏ ਸੀਗੇ ਕੁਝ? ਐਜ਼ ਆਈ ਸੈਡ ਕਿ ਬਿਲਕੁਲ ਇੱਕ ਪ੍ਰੀਲਿਮਿਨਰੀ ਇਨਫੋਰਮੇਸ਼ਨ ਹੈ, ਅਭੀ ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਆਪਾਂ ਕਰਦੇ ਪਏ। ਥੋੜਾ ਇਹਨਾਂ ਕੀ ਸਾਹਮਣੇ ਆ ਕਿ ਰੰਜੀਸ਼ ਹੈ ਜਾਂ ਫਿਰ ਲੁੱਟ ਦਾ ਇਰਾਦਾ, ਥੋੜਾ ਬਹੁਤ ਮੈਂ ਸਮਾਨ ਕੋਈ ਚੋਰੀ, ਪ੍ਰਾਇਮਰੀਲੀ ਇਹੀ ਪਤਾ ਲੱਗਦਾ ਪਿਆ ਕਿ ਫੋਰਸਡ ਐਂਟਰੀ ਹੈ, ਬੰਦੇ ਇੱਕ ਜਾਂ ਦੋ ਵੀ ਹੋ ਸਕਦੇ ਨੇ, ਔਰ ਬਾਕੀ ਜੋ ਵੀ ਇਨਫੋਰਮੇਸ਼ਨ ਆਉਂਦੀ ਆਪਾਂ ਦੱਸਾਂਗੇ।